ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ GK ਅਕੈਡਮੀ ਪੰਜਾਬ ਦੇ ਵਿੱਚ ਜਿੱਦਾਂ ਕਿ ਦੋਸਤੋ ਤੁਹਾਨੂੰ ਪਤਾ ਹੀ ਹੈ ਕਿ پی ਟ੍ਰਿਪਲ ਐਸ ਬੀ ਦੇ ਜੋ ਵੀ 2021 ਦੇ ਵਿੱਚ ਭਰਤੀਆਂ ਦੇ ਨੋਟੀਫਿਕੇਸ਼ਨ ਜਾਰੀ ਹੋਏ ਸੀ ਅੱਜ ਉਸ ਦੇ ਲਗਭਗ ਸਾਰੀਆਂ ਹੀ ਭਰਤੀਆਂ ਦੀਆਂ ਜੋ ਨੋਟੀਫਿਕੇਸ਼ਨ ਸੀਗੇ ਉਹਦੇ ਸਿਲੇਬਸ ਆ ਚੁੱਕੇ ਨੇ ਰਿਟਨ ਐਗਜ਼ਾਮ ਦੇ ਇਸ ਤੋਂ ਪਹਿਲਾਂ ਵੀ ਕਾਫੀ ਸਾਰੇ ਸਿਲੇਬਸ ਆਏ ਨੇ ਠੀਕ ਹੈ ਜੀ ਸੋ ਤੁਸੀਂ ਜਾ ਕੇ ਉਹਨਾਂ ਦੀ ਬੋਰਡ ਦੀ ਵੈਬਸਾਈਟ ਤੇ ਵੀ ਚੈੱਕ ਕਰ ਸਕਦੇ ਹੋ ਤੇ ਆਪਣੇ ਟੈਲੀਗ੍ਰਾਮ ਚੈਨਲ ਦੇ ਉੱਤੇ ਵੀ ਤੁਹਾਨੂੰ ਸਾਰੇ ਸਿਲੇਬਸ ਮਿਲ ਜਾਣਗੇ ਹੁਣ ਇਹਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਜਿਹੜੇ ਕਲਰਕ ਦਾ ਪੇਪਰ ਸੀਗਾ ਕਲਰਕ ਦਾ ਪੇਪਰ ਹੋ ਗਿਆ ਐਗਜ਼ਾਈਜ਼ ਦਾ ਪੇਪਰ ਹੋ ਗਿਆ ਫੋਰੈਸਟ ਗਾਰਡ ਦਾ ਪੇਪਰ ਹੋ ਗਿਆ ਇਹ ਸਾਰੇ ਜੋ ਪੇਪਰਾਂ ਦਾ ਇਹਨਾਂ ਦਾ ਕਾਮਨ ਸਿਲੇਬਸ ਆ 120 ਨੰਬਰ ਦਾ ਪੇਪਰ ਆ ਜਿਹਦੇ ਵਿੱਚ ਕਿ 50 ਨੰਬਰ ਦੀ ਜੀਕੇ ਤੇ ਪੰਜਾਬ ਜੀਕੇ 30 ਨੰਬਰ ਦੀ ਮੈਥ ਰੀਜ਼ਨਿੰਗ ਆ ਰਹੀ ਆ 30 ਨੰਬਰ ਦੀ ਤੁਹਾਡੀ ਆ ਰਹੀ ਆ ਜੀ ਆਪਣੀ ਇੰਗਲਿਸ਼ ਤੇ ਪੰਜਾਬੀ ਆ ਰਹੀ ਆ ਤੇ ਨਾਲ ਹੀ ਤੁਹਾਡੀ 10 ਨੰਬਰ ਦਾ ਤੁਹਾਡਾ ਕੰਪਿਊਟਰ ਆ ਰਿਹਾ ਵਾ ਪਰ ਇਹਦੇ ਵਿੱਚ ਇਹਨਾਂ ਨੇ ਸਿਰਫ ਇੱਕ ਜਿਹੜਾ ਇਹ ਵਿਲੇਜ ਡਵੈਲਪਮੈਂਟ ਆਰਗੇਨਾਈਜ਼ਰ ਜਿਹਨੂੰ ਕਿ ਆਪਾਂ ਵੀਡੀਓ ਪੋਸਟ ਵੀ ਕਹਿ ਦਿੰਨੇ ਆ ਤੇ ਨਾਲ ਹੀ ਆਪਾਂ ಗ್ರಾಮ ਸੇਵਕ ਦੀ ਪੋਸਟ ਲਈ ਇਹਨਾਂ ਨੇ ਕੀ ਕੀਤਾ ਹੋਇਆ ਜੀ ਐਮਸੀਕਿਊ ਟੈਸਟ ਹੋਏਗਾ ਤਾਂ ਇਹ ਪੇਪਰ ਤੁਹਾਡਾ 100 ਨੰਬਰ ਦਾ ਹੋਏਗਾ ਸਿਰਫ ਬਾਕੀ ਸਾਰੇ ਪੇਪਰ ਸੇਮ ਹੋਣਗੇ ਸਿਲੇਬਸ ਇਹਦੇ ਵਿੱਚ ਵੀ ਇਸ ਤਰ੍ਹਾਂ ਨਹੀਂ ਕਿ ਉਹਨਾਂ ਨੇ ਕੋਈ ਅਲੱਗ ਤੋਂ ਸਿਲੇਬਸ ਉਹਨਾਂ ਨੇ ਮੈਂਸ਼ਨ ਕੀਤਾ ਹੁਣ ਆਪਾਂ ਦੇਖਦੇ ਆ ਅੱਗੇ ਕੀ ਕੀ ਆ ਦੇ ਚ 1/4 ਉਹੀ 네ਗੇਟਿਵ ਮਾਰਕਿੰਗ ਇਹਨਾਂ ਡਿਡਕਟ ਕਰਨਗੇ ਠੀਕ ਆ ਟੈਸਟ ਦੇਖੋ ਜੀ ਇਹਨਾਂ ਨੇ ਹੁਣ ਜੀਕੇ ਤੇ ਜਰਨਲ ਨੋਲਜ ਹੋਗੀ ਕਰੰਟ ਅਫੇਅਰ ਹੋਗੀ ਇੰਗਲਿਸ਼ ਪੰਜਾਬੀ ਮੈਂਟਲ ਅਬਿਲਟੀ ਤੇ ਮੈਥੈਮੈਟਿਕਸ ਸਕਿੱਲ 100 ਨੰਬਰ ਦਾ ਪੇਪਰ ਹੋਊਗਾ ਠੀਕ ਆ ਮਲਟੀਪਲ ਚੁਆਇਸ ਕੁਐਸਚਨ ਉਹੀ ਜਿਹੜਾ ਕਿ ਬਾਕੀਆਂ ਦਾ ਵੀ ਹੁੰਦਾ ਹੈ ਤਾਂ ਜਿਹੜੀ ਸਿਲੇਬਸ ਉਹਨਾਂ ਨੇ ਲਿਖਿਆ ਹੋਇਆ ਕਿ ਇਹਦੇ ਵਿੱਚ ਥੋੜਾ ਜਿਹਾ ਇੱਧਰ ਉੱਧਰ ਹੋ ਸਕਦਾ ਠੀਕ ਹੈ ਟੈਂਟੇਟਿਵ ਸਿਲੇਬਸ ਹੁੰਦਾ ਵਾ ਹੈ ਰਿਟਨ ਐਗਜ਼ਾਮ ਦਾ ਹੁਣ ਦੇਖੋ ਜੀ ਇਹਨਾਂ ਨੇ ਕੀ ਕੀ ਦਿੱਤਾ ਹੋਇਆ ਇਹਦੇ ਵਿੱਚ ਦੇਖੋ ਜੀ ਆਹੀ ਸੇਮ ਸਿਲੇਬਸ ਤੁਹਾਡਾ ਆ ਰਿਹਾ ਵਾ ਜਿਹੜੀਆਂ ਬਾਕੀ ਦੀਆਂ ਪੋਸਟਾਂ ਨੇ ਠ ਪੋਲਿਟੀ ਇਸ਼ੂ ਹੋ ਗਿਆ এনवायरमेंट ਹੋ ਗਿਆ கரنٹ ਅਫੇਅਰ ਹੋ ਗਿਆ ਸਾਇੰਸ ਟੈਕ ਹੋ ਗਿਆ ਇਕਨੋਮਿਕ ਇਸ਼ੂ ਹੋ ਗਿਆ ਹਿਸਟਰੀ ਆਫ ਪੰਜਾਬ 14th ਸੈਂਚਰੀ ਔਨਵਰਡ ਹੋ ਗਿਆ ਸਪੈਸ਼ਲ ਰੈਫਰੈਂਸ ਇੰਡੀਅਨ ਫਰੀडम ਸਟਰਗਲ ਮੂਵਮੈਂਟਸ ਹੋ ਗਿਆ ਸਪੋਰਟਸ ਹੋ ਗਿਆ ਸਿਨੇਮਾ ਤੇ ਲਿਟਰੇਚਰ ਹੋਗਾ ਸੇਮ ਟੂ ਸੇਮ ਉਹੀ ਸਿਲੇਬਸ ਆ ਤੁਹਾਨੂੰ ਕੁਝ ਵੀ ਅਲੱਗ ਤੋਂ ਤਿਆਰੀ ਕਰਨ ਦੀ ਜ਼ਰੂਰਤ ਨਹੀਂ ਬਸ ਬਾਕੀ ਦੀਆਂ ਪੋਸਟਾਂ ਦੇ ਵਿੱਚ ਇਹ 30 ਨੰਬਰ ਦਾ ਆ ਰਿਹਾ ਇਹਦੇ ਵਿੱਚ 25 ਨੰਬਰ ਦਾ ਆ ਰਿਹਾ ਠੀਕ ਆ ਹੋਰ ਕੋਈ ਵੀ ਡਿਫਰੈਂਸ ਨਹੀਂ ਸੇਮ ਟੂ ਸੇਮ ਉਹੀ ਪੇਪਰ ਦੇ ਵਿੱਚ ਸਿਲੇਬਸ ਆ ਜਿਹੜਾ ਦੂਜੇ ਦੇ ਵਿੱਚ ਆਏਗਾ ਹਾਂ ਦੇਖੋ ਜੀ ਮੈਂਟਲ ਅਬਿਲਿਟੀ ਸੇਮ ਟੂ ਸੇਮ ਮੈਂਟਲ ਅਬਿਲਿਟੀ ਉਹਦੇ ਵਿੱਚ ਵੀ ਆ ਰਹੀ ਆ ਨਾਨ ਵਰਬਲ ਰੀਜ਼ਨਿੰਗ ਇਹਦੇ ਵਿੱਚ ਵੀ ਅਲੱਗ ਤੋਂ 25 ਨੰਬਰ ਦੀ ਆ ਰਹੀ ਆ ਬਸ ਇਹਦੇ ਵਿੱਚ ਹੁਣ ਇਹ ਚੀਜ਼ ਦਾ ਫਰਕ ਆ ਗਿਆ ਕਿ ਉਹਦੇ ਵਿੱਚ ਤੁਹਾਡਾ 30 ਨੰਬਰ ਦਾ ਮੈਥ ਤੇ ਰੀਜ਼ਨਿੰਗ ਮਿਲਾ ਕੇ ਆ ਰਿਹਾ ਇਹਦੇ ਵਿੱਚ ਇਹਨਾਂ ਨੇ ਕੀ ਕੀਤਾ ਵਾ ਕਿ ਇਹਦੇ ਵਿੱਚ ਰੀਜ਼ਨਿੰਗ ਸਿਰਫ ਰੀਜ਼ਨਿੰਗ ਨਾਨ ਵਰਬਲ ਤੇ ਆਪਣੀ ਜੋ ਵਰਬਲ ਰੀਜ਼ਨਿੰਗ ਹੋਗੀ ਉਹ ਇਹਨਾਂ ਨੇ ਅਲੱਗ ਤੋਂ 25 ਨੰਬਰ ਦੀ ਪਾਈ ਹੋਈ ਆ ਠੀਕ ਆ ਜੀ ਸੋ ਲੌਜੀਕਲ ਬੈਂਡ ਡਾਇਗਰਾਮ ਹੋਗੀ ਕਯੂਬ 250 ਹੋਗੇ ਮਿਰਰ ਅਮੇਜ ਹੋਗੇ ਤਾਂ ਥੋੜਾ ਜਿਹਾ ਵੇਟੇਜ ਇਹਦੇ ਵਿੱਚ ਇਹਨ ਇੰਗਲਿਸ਼ ਇੰਗਲਿਸ਼ ਜੀ ਇੱਥੇ ਆ ਰਹੀ ਹੈ ਜੀ ਆਪਣੇ ਕੋਲ 12 ਨੰਬਰ ਦੀ ਇੰਗਲਿਸ਼ 13 ਨੰਬਰ ਦੀ ਆ ਰਹੀ ਹੈ ਪੰਜਾਬੀ ਬਸ ਤੇ ਅਲੱਗ ਤੋਂ ਇਹਨਾਂ ਨੇ ਹੁਣ 5ਵਾਂ ਸਬਜੈਕਟ ਐਡ ਕਿਹੜਾ ਕੀਤਾ ਜੀ ਮੈਥ 25 ਨੰਬਰ ਦਾ ਤੁਹਾਡਾ ਮੈਥ ਆ ਰਿਹਾ ਜਿਹਦੇ ਚ ਕਿ ਬੇਸਿਕ ਨਮੈਰੀਕਲ ਸਕਿੱਲ ਪਰਸੈਂਟੇਜ ਨੰਬਰ ਸਿਸਟਮ ਐਸ ਸੀ ਐਫ ਐਲ ਸੀਮ ਬਾਕੀ ਸਾਰੇ ਉਹੀ ਜੋ ਕਿ ਬਾਕੀਆਂ ਦੇ ਵਿੱਚ ਆਉਂਦੇ ਨੇ ਹੁਣ ਇਹਦੇ ਵਿੱਚ ਡਿਫਰੈਂਸ ਕੀ ਆ ਦੇਖੋ ਜੀ ਇਹਦੇ ਵਿੱਚ ਜਿਹੜੇ ਬਾਕੀ ਦੇ ਜਿਹੜੇ ਪੇਪਰ ਨੇ ਉਹਦੇ ਵਿੱਚ ਸਿਰਫ 30 ਨੰਬਰ ਦਾ ਆ ਰਿਹਾ ਮੈਥ ਤੇ ਰੀਜ਼ਨਿੰਗ 30 ਨੰਬਰ ਦਾ ਆ ਰਿਹਾ ਤੇ ਵੀਡੀਓ ਪੇਪਰ ਲਈ ਤੁਹਾਡਾ 50 ਨੰਬਰ ਦਾ ਪੂਰਾ 100 ਦੇ ਵਿੱਚੋਂ ਮੰਨ ਲਓ ਕਿ 50% ਤੁਹਾਡਾ ਮੈਥ ਤੇ ਰੀਜ਼ਨਿੰਗ ਕਵਰ ਹੋਏਗਾ ਜੋ ਵੀ ਕੈਂਡੀਡੇਟ ਮੈਥ ਤੇ ਰੀਜ਼ਨਿੰਗ ਦੇ ਵਿੱਚ ਵਧੀਆ ਪਰਫਾਰਮੈਂਸ ਕਰੇਗਾ ਉਹ ਵੀਡੀਓ ਦੀ ਪੋਸਟ ਦੇ ਵਿੱਚ ਮੈਰਿਟ ਦੇ ਵਿੱਚ ਆਉਣ ਦੀ ਉਹਦੀ ਸੰਭਾਵਨਾ ਵਧੇਗੀ ਸੋ ਮੈਥ ਰੀਜ਼ਨਿੰਗ ਜੋ ਜਿਨ੍ਹਾਂ ਦਾ ਵੇ ਬਹੁਤ ਜ਼ਿਆਦਾ ਵਧੀਆ ਵਾ ਤਾਂ ਵਧੀਆ ਉਹਨਾਂ ਦੀ ਪਕੜ ਬਣੀ ਹੋਈ ਆ ਉਹਨਾਂ ਨੂੰ ਇੱਥੇ ਬਹੁਤ ਜ਼ਿਆਦਾ ਬੈਨੀਫਿਟ ਮਿਲਣ ਦੀ ਸੰਭਾਵਨਾ ਵਾ ਸੋ ਇਹ ਪੋਸਟ ਪੰਚਾਇਤ ਸੈਕਟਰੀ ਦਾ ਜੋ 2016 ਦੇ ਵਿੱਚ ਪੇਪਰ ਹੋਇਆ ਸੀ ਲਗਭਗ ਸੇਮ ਟੂ ਸੇਮ ਉਸ ਤਰ੍ਹਾਂ ਦਾ ਸਿਲੇਬਸ ਰੱਖਿਆ ਇੱਕ ਚੀਜ਼ ਹੋ ਇਹਨਾਂ ਨੇ ਜੀ ਦੇਖੋ ਹੁਣ ਕੀ ਕੀਤਾ ਹੋਇਆ ਵਾ ਇੱਥੇ ਕਿ ਤੁਸੀਂ ਦੇਖ ਸਕਦੇ ਹੋ ਕਿ ਇਹਦੇ ਵਿੱਚ ਕੰਪਿਊਟਰ ਨਹੀਂ ਹੈਗਾ ਅਲੱਗ ਤੋਂ ਇਹਨਾਂ ਨੇ ਇੱਕ ਸਾਲ ਦਾ ਡਿਪਲੋਮਾ ਮੰਗਿਆ ਹੋਇਆ ਸੀ ਕੰਪਿਊਟਰ ਦਾ ਤੇ ਪੇਪਰ ਦੇ ਵਿੱਚ ਇਹਨਾਂ ਨੇ ਕੰਪਿਊਟਰ ਪਾਇਆ ਹੀ ਨਹੀਂ ਦੇਖ ਲਓ ਇਹਨਾਂ ਦਾ ਇਸੇ ਲਈ ਮੈਂ ਤੁਹਾਨੂੰ ਪਹਿਲਾਂ ਤੋਂ ਕਹਿ ਰਿਹਾ ਬਹੁਤ ਸਾਰੇ ਕੈਂਡੀਡੇਟ ਪਹਿਲਾਂ ਮੈਨੂੰ ਕਹਿ ਰਹੇ ਸੀਗੇ ਐਗਜ਼ਾਈਜ਼ ਇਨਸਪੈਕਟਰ ਦੀ ਤਿਆਰੀ ਸ਼ੁਰੂ ਕਰ ਦੋ ਕਿਉਂਕਿ ਮੈਨੂੰ ਪਤਾ ਸੀ ਕਿ ਇਹਨਾਂ ਦਾ ਕੁਝ ਨਹੀਂ ਕਹਿ ਸਕਦੇ ਕਿ ਪੀ 3 ਪਲੱਸ ਵੀ ਕਿੱਦਾਂ ਦਾ ਵਰਕ ਕਰਦਾ ਕਿਸ ਤਰ੍ਹਾਂ ਕਰਦਾ ਕਿਉਂਕਿ ਇੱਕ ਇਹਨਾਂ ਦਾ ਕਾਮਨ ਸਿਲੇਬਸ ਨਹੀਂ ਬਣਾਉਂਦੇਗੇ ਇਹ ਪਹਿਲਾਂ ਤੋਂ ਸਾਨੂੰ ਨਹੀਂ ਪਤਾ ਹੁੰਦਾ ਕਿ ਕਿੰਨੇ ਕਿੰਨੇ ਨੰਬਰ ਦਾ ਕੀ ਆਏਗਾ ਬਸ ਇੱਕ ਇਦਾਂ ਹੁੰਦਾ ਕਿ ਇਹ ਸਬਜੈਕਟ ਆਉਣੇ ਹੀ ਆਉਣੇ ਨੇ ਜਿਹੜੇ ਸੋ ਇਸ ਲਈ ਮੈਂ ਤੁਹਾਨੂੰ ਕਿਹਾ ਸੀ ਕਿ ਪਹਿਲਾਂ ਤੁਸੀਂ ਬੇਸਿਕ ਸਬਜੈਕਟ ਤਿਆਰ ਕਰ ਲਓ ਦੇਖੋ ਹੁਣ ਇਹਨਾਂ ਨੇ ਇਹਦੇ ਵਿੱਚ ਇਹਨਾਂ ਨੇ ਕੰਪਿਊਟਰ ਪਾਇਆ ਹੀ ਨਹੀਂ ਬਾਕੀ ਦੇ ਵਿੱਚ ਤੁਹਾਨੂੰ 10 ਨੰਬਰ ਦਾ ਕੰਪਿਊਟਰ ਆ ਰਿਹਾ ਹੁਣ ਮੈਥ ਹੋ ਗਿਆ ਤੁਹਾਡਾ ਤਾਂ ਮੈਥ ਤੇ ਬਾਕੀ ਤਾਂ ਇੰਗਲਿਸ਼ ਪੰਜਾਬੀ ਦੇ ਵਿੱਚ ਵੀ ਤੁਹਾਡੇ ਵਧੀਆ ਨੰਬਰ ਤੁਸੀਂ ਲੈ ਸਕਦੇ ਹੋ ਤੇ ਜੀਕੇ ਦੇ ਵਿੱਚ ਬਹੁਤ ਸਾਰੇ ਕੈਂਡੀਡੇਟ ਸੋਚ ਰਹੇ ਆ ਕਿ ਪੰਜਾਬ ਜੀਕੇ ਇਹਦੇ ਵਿੱਚ ਨਹੀਂ ਆਏਗੀ ਠੀਕ ਆ ਜੀ ਪੰਜਾਬ ਜੀਕੇ ਉਹਨਾਂ ਨੇ ਅਲੱਗ ਤੋਂ ਮੈਂਸ਼ਨ ਨਹੀਂ ਕੀਤੀ ਬਟ ਤੁਸੀਂ ਇਹਦੇ ਵਿੱਚ ਜਰਨਲ ਨੌਲੇਜ ਤੇ ਕਰੰਟ ਅਫੇਅਰ ਟੌਪਿਕ 'ਚ ਹਿਸਟਰੀ ਆਫ ਪੰਜਾਬ 14th ਸੈਂਚਰੀ ਮਤਲਬ 14ਵੀਂ ਸੈਂਚਰੀ ਤੋਂ ਅੱਗੇ ਇਹਨਾਂ ਨੇ ਹਿਸਟਰੀ ਪੰਜਾਬ ਦੀ ਪੁੱਛਣਗੇ ਜਿਹਦੇ ਵਿੱਚ ਕਿ ਆਪਣੇ ਗੁਰੂ ਸਾਹਿਬ ਬਾਰੇ ਵੀ ਪੁੱਛਣਗੇ ਠੀਕ ਆ ਤਾਂ ਇਹ ਮਹਾਰਾਜਾ ਰਣਜੀਤ ਸਿੰਘ ਬਾਰੇ ਵੀ ਪੁੱਛਣਗੇ ਤੇ ਨਾਲੇ ਬੰਦਾ ਸਿੰਘ ਬਹਾਦਰ ਬਾਰੇ ਵੀ ਪੁੱਛਣਗੇ ਜਿਹੜੀਆਂ ਲੜਾਈਆਂ ਹੋਈਆਂ ਸੀ ਠੀਕ ਆ ਐਂਗਲੋ ਐਂਗਲੋ ਸਿੱਖ ਵਾਰ ਹੋਈਆਂ ਸੀ ਜਿਹੜੀਆਂ ਉਹਦੇ ਬਾਰੇ ਵੀ ਪੁੱਛਣਗੇ ਸਾਰਾ ਆਪਾਂ ਡਿਟੇਲ ਦੇ ਵਿੱਚ ਕੀਤਾ ਹੋਇਆ ਵਾ ਠੀਕ ਆ ਜੀ ਇਦਾਂ ਨਹੀਂ ਕਿ ਪੰਜਾਬ ਜੀਕੇ ਨਹੀਂ ਆਏਗੀ ਆਏਗੀ ਘੱਟ ਵੇਟੇਜ ਰਹੇਗੀ ਉਹਦੀ ਤਾਂ ਬਾਕੀ ਸਾਰਾ ਤਾਂ ਆਪਾਂ ਕਰ ਹੀ ਰਹੇ ਆ ਪਾਲਿਟੀ ਮੇਰੀ ਤੁਹਾਨੂੰ ਕਰਵਾਈ ਹੋਈ ਆ ਹਿਸਟਰੀ ਆਫ ਪੰਜਾਬ ਵੀ ਕਰਵਾਈ ਹੋਈ ਆ ਹਿਸਟਰੀ ਆਫ ਇੰਡੀਆ ਵੀ ਕਰਵਾਈ ਹੋਈ ਆ ਫਰੀडम ਸਟਰਗਲ ਬਾਕੀ ਆਪਾਂ ਸਟੈਟਿਕ ਜੀਕੇ ਟੌਪਿਕ ਇਸ ਟਾਈਮ ਦੇ ਉੱਤੇ ਕਰ ਰਹੇ ਆ ਕੱਲ ਨੂੰ ਮੈਂ ਤੁਹਾਡੇ ਲਈ ਇੱਕ ਡਿਟੇਲ ਵੀਡੀਓ ਬਣਾਉਣ ਜਾ ਰਿਹਾ ਮੈਂ ਇਹਦੇ ਉੱਤੇ ਜੋ ਵੀ ਇਹਨਾਂ ਨੇ ਸਿਲੇਬਸ ਮੈਂਸ਼ਨ ਕੀਤਾ ਵਾ ਸਾਰੇ ਸਿਲੇਬਸ ਦਾ ਮੈਂ ਤੁਹਾਨੂੰ ਇੱਕ ਨਿਚੋੜ ਕੱਢਾਂਗਾ ਇਹਦੇ ਵਿੱਚ ਉਹ ਵੀ ਸਿਰਫ ਜੀਐਸ ਦੇ ਠੀਕ ਆ ਬਾਕੀ ਮੈਂ ਤੁਹਾਨੂੰ ਸਮਝਾਤਾ ਹੋਇਆ ਤੁਸੀਂ ਜਿੱਥੋਂ ਵੀ ਤਿਆਰੀ ਕਰਦੇ ਹੋ ਨਾਲੋਂ ਨਾਲ ਤੁਸੀਂ ਆਪਦਾ ਵਧੀਆ ਤਰੀਕੇ ਨਾਲ ਤਿਆਰੀ ਕਰਦੇ ਰਹੋ GS ਦੇ ਜਿਹੜੇ ਵੀ ਟੌਪਿਕ ਨੇ ਠੀਕ ਆ ਚਾਹੇ ਉਹ ਪੋਲਿਟੀ ਆ ਐਨਵਾਇਰਨਮੈਂਟ ਆ ਕਰੰਟ ਅਫੇਅਰ ਆ ਸਾਰੇ ਅਲੱਗ ਤੋਂ ਲਿਖ ਕੇ ਮੈਂ ਤੁਹਾਨੂੰ ਦੱਸਾਂਗਾ ਕਿ ਇਹਦੇ ਵਿੱਚ ਕਿਹੜੇ ਕਿਹੜੇ ਟੌਪਿਕ ਤੁਸੀਂ ਕਰਨੇ ਨੇ ਤੇ ਕਿਹਦੇ ਉੱਤੇ ਤੁਸੀਂ ਧਿਆਨ ਦੇਣਾ ਤੇ ਅਗਰ ਤੁਸੀਂ ਬੁੱਕ ਤੋਂ 셀ਫ ਸਟਡੀ ਵੀ ਤੇ ਲਈ ਵੀ ਕਰ ਜਾਣਾ ਚਾਹੁੰਦੇ ਹੋ ਕਿ 셀ਫ ਸਟਡੀ ਮੈਂ ਕਰਨੀ ਚਾਹੁੰਦਾ ਮੈਂ ਤਾਂ ਤੁਸੀਂ 셀ਫ ਸਟਡੀ ਵੀ ਕਰ ਸਕਦੇ ਹੋ ਉਹਦੇ ਲਈ ਮੈਂ ਤੁਹਾਨੂੰ ਬੁੱਕ ਲਿਸਟ ਦੱਸ ਦਵਾਂਗਾ ਠੀਕ ਹੈ ਜੀ ਸੋ ਜ਼ਰੂਰੀ ਨਹੀਂ ਹੁੰਦਾ ਕਿ ਹਰੇਕ ਚੀਜ਼ ਲਈ ਆਪਾਂ ਹਰੇਕ ਦੇ ਉੱਤੇ ਡਿਪੈਂਡ ਰਹੀਏ ਕਿਸੇ ਦੇ ਉੱਤੇ ਥੋੜਾ ਬਹੁਤ ਅਗਰ ਤੁਹਾਡਾ ਆਪਣਾ ਮਨ ਹੈ ਕਿ ਹਾਂ ਤੁਹਾਡੀ ਰੀਡਿੰਗ ਹੈ ਤਾਂ ਤੁਸੀਂ ਆਰਾਮ ਦੇ ਨਾਲ ਆਪਦਾ ਸੈਲਫ ਸਟਡੀ ਕਰਕੇ ਵੀ ਪੇਪਰ ਕ੍ਰੈਕ ਕਰ ਸਕਦੇ ਹੋ ਠੀਕ ਹੈ ਜੀ ਸੋ ਠੀਕ ਹੈ ਜੀ ਧੰਨਵਾਦ ਮਿਲਦੇ ਹਾਂ ਹੁਣ ਆਪਾਂ ਆਪਣੀ ਕੱਲ੍ਹ ਵਾਲੀ ਜੋ ਇਹਦੀ ਡਿਟੇਲ ਵੀਡੀਓ ਐਨਲਾਈਜ਼ ਕਰਾਂਗੇ ਆਪਾਂ ਸਿਲੇਬਸ ਦਾ ਉਹਦੇ ਤੇ ਠੀਕ ਹੈ ਧੰਨਵਾਦ ਮਿਲਦੇ ਹਾਂ ਹੁਣ ਆਪਾਂ ਆਪਣੀ ਅਗਲੀ ਕਲਾਸ ਦੇ ਵਿੱਚ